ਜਿਹੜਾ ਆਮ ਲੋਕ ਆ ਆਮ ਤਾਲੀਮ ਦਾ ਲਿਹਾਜ਼ ਨਾਲ ਮੁਆਸ਼ੀ ਲਿਹਾਜ਼ ਨਾਲ ਕਾਫੀ ਲਿਹਾਜ਼ ਨਾਲ ਹਮ ਕਾਫੀ ਜਾਂ ਪਿੱਛੇ ਹਾਂ ਐਜ ਕੰਪੇਅਰ ਟੂ ਜਿਹੜੀ ਮਾਰੀ ਬਾਕੀ ਕੌਮ ਹੈ ਉਹਨਾਂ ਤੋਂ ਹਮ ਕਾਫੀ ਪਿੱਛੇ ਹਾਂ ਔਰ ਹਮਣਾ ਅਪਲਿਫਟ ਕਰਨ ਮਾਂ ਅਗਰ ਕਿਸੇ ਕੋ ਬੜੋ ਖੂਬਸੂਰਤ ਰੋਲ ਤੋ ਤੇ ਵੋ ਗੁਜਰ ਬੁਕਰਵਾਲ ਜਿਹੜਾ ਹੋਸਟਲ ਹੈ ਇਹਨਾਂ ਕੋ ਇੱਕ ਬੜੋ ਖੂਬਸੂਰਤ ਰੋਲ ਜਿਹੜਾ ਥੋ ਬਣੇ ਥੋ ਔਰ ਇਹਨਾਂ ਨੇ ਬਾਖੂਬੀ ਇਹ ਜਿਹੜਾ ਰੋਲ ਹੈ ਬੜਾ ਅੱਛਾ ਤਰੀਕਾ ਨਾਲ ਨਿਭਾਇਓ ਵੀ ਮਾਰੇ ਸਾਹਮਣੇ ਅੱਜ ਬੜੀ ਅੱਛੀ ਅੱਛੀ ਮਿਸਾਲ ਜਿਹੜੀ ਵੇ ਹੈ ਜਿਹੜੀ ਗੁਜਰ ਬੁਕਰਵਾਲ ਹੋਸਟਲਾਂ ਵਿੱਚ ਜਿਹੜਾ ਪ੍ਰੋਡਕਟ ਆਇਆ ਵੀ ਅੱਜ ਮਾਰੇ ਸਾਹਮਣੇ ਜਿਹਨਾਂ ਨੇ ਮਾਰੀ ਕੌਮ ਕੀ ਬੜੀ ਅੱਛੀ ਤਰੀਕੇ ਨਾਲ ਖਿਦਮਤ ਕੀ ਇਸ ਤੋਂ ਪਹਿਲਾਂ ਮੇਰਾ ਤੋਂ ਪਹਿਲਾਂ ਇੱਕ ਸਾਹਿਬ ਗੱਲ ਕਰਨ ਥਾ ਜਿਹੜਾ DYSP ਥਾ ਔਰ ਵੀ ਬੜਾ ਅੱਛਾ ਅੱਛਾ ਲੋਕ ਜਿਹੜੇ ਹਮਾਰੇ ਸਾਹਮਣੇ ਹੈ ਲੇਕਿਨ ਅੱਜ ਦਾ ਜਿਹੜਾ ਪ੍ਰੈਜੈਂਟ ਜਿਹੜਾ ਹੁੰਦੇ ਸਾਨੂੰ ਕੋ ਗੁਜਰ ਬੁਕਰਵਾਲ ਹੋਸਟਲਾਂ ਦੇ ਹਾਲ ਹੈ ਉਸਨਾ ਮਤਲਬ ਮੈਂ ਇਹ ਕਹਿਣਾ ਚਾਹੂੰਗਾ ਕਿ ਗੁਜਰ ਬੁਕਰਵਾਲ ਹੋਸਟਲਾਂ ਮਾ ਕੀ ਚੀਜ਼ ਹੈ ਜਿਹੜੀ ਆਉਣੀ ਚਾਹੀਦੀ ਸੀ ਔਰ ਜਿਹੜੀ ਨਹੀਂ ਮੈਂ ਇਹ ਕਹਿਣਾ ਚਾਹੂੰਗਾ ਕਿ ਗੁਜਰ ਬੁਕਰਵਾਲ ਹੋਸਟਲਾਂ ਮਾ ਜਿਹੜਾ ਬੱਚਾ ਪੜ੍ਹੇ ਤੇ ਬੱਚਾ ਜਿਹੜਾ ਹੈ ਉਹਨਾਂ ਨਾਲ ਉੱਤੇ ਗੁਜਰ ਬੁਕਰਵਾਲ ਹੋਸਟਲਾਂ ਮਾ ਹੀ ਤਾਲੀਮ ਕੋ ਜਿਹੜੋ ਇੱਕ ਬੰਦੋਬਸਤ ਜਿਹੜੋ ਸੋ ਹੋਣਾ ਚਾਹੀਦਾ ਮੈਨੂੰ ਲੱਗੇ ਜਿਸ ਤਰੀਕੇ ਨਾਲ ਕੇਂਦਰੀਆ ਵਿਦਿਆਲਿਆ ਜਾਂ ਦੂਜਾ ਜਿਹੜਾ ਸਕੂਲ ਰੈਜੀਡੈਂਸ਼ੀਅਲ ਸਕੂਲ ਹੈ ਉਹਨਾਂ ਦਾ ਜਿਹੜਾ ਟੀਚਰ ਹੈ ਵੀ ਉਹਨਾਂ ਨੂੰ ਉੱਤੇ ਜਾਏ ਔਰ ਉੱਤੇ ਪੜ੍ਹਾਏ ਔਰ ਉਹ ਇੱਕ ਬੜਾ ਅੱਛਾ ਸਟੈਪ ਹੈ ਉਹਨਾਂ ਬੱਚਾ ਨਾ ਅਪਲਿਫਟ ਕਰਨ ਵਾਸਤੇ ਜਿਸ ਜ਼ਮਾਨਾ ਮੈਂ ਪੜ੍ਹੇ ਥਾ ਅੱਜ ਵੀ ਮੈਨੂੰ ਲੱਗਿਆ ਵੈਸੇ ਹੀ ਹੈ ਕਿ ਬੱਚਾ ਜਿਹੜਾ ਹੈ ਵੇ ਆਊਟਸਾਈਡ ਦਾ ਹੋਸਟਲ ਜਾਏ ਸਰਕਾਰੀ ਸਕੂਲੋਂ ਮੈਂ ਪੜ੍ਹੇ ਜਿਸ ਉਹਨਾਂ ਨਾਲ ਉਸ ਕਿਸਮ ਦੀ ਤਾਲੀਮ ਨਹੀਂ ਥਾਤੀ ਜਿਸ ਤਾਲੀਮ ਕਾ ਵੇ ਮੁਤਮੰਨੀ ਹੈ ਤੋ ਅਗਰ ਮੇਰੀ ਇਹ ਗੱਲ ਅਗਰ ਕੋਈ ਨੋਟ ਕਰੇ ਆਲਾ ਸਰਟੀਸ ਤੇ ਪਹੁੰਚਾਵੇ ਉਹ ਇਹ ਕਹਿਣਾ ਚਾਹੂੰਗਾ ਕਿ ਗੁਜਰ ਬੁਕਰਵਾਲ ਹੋਸਟਲ ਹੋਸਟਲਾਂ ਮਾਈ ਰੈਜ਼ੀਡੈਂਸ਼ੀਅਲ ਹੋਸਟਲ ਹੋਣਾ ਚਾਹੀਏ ਜਿਹੜਾ ਇਹਨਾਂ ਬੱਚਿਆਂ ਨਾਲ ਅੱਛੀ ਤਾਲੀਮ ਜਿਹੜੀ ਹੈ ਤਾਂ ਕਿ ਇਹਨਾਂ ਨਾਲ ਫਰਾਹਮ ਹੋ ਸਕੇ ਨੰਬਰ ਇੱਕ ਨੰਬਰ ਦੋ ਇਹ ਕਹਿਣਾ ਚਾਹੂੰਗਾ ਕਿ ਗੁਜਰ ਬੁਕਰਵਾਲ ਹੋਸਟਲਾਂ ਮਾ ਇਹ ਕ੍ਰਾਈਟੇਰੀਆ ਜੋ ਹੈ ਕਿ ਜਿਹੜਾ ਬੱਚੋ ਖਾਲੀ ਐਗਜ਼ਾਮ ਪਾਸ ਕਰ ਲਿਆ ਮਤਲਬ ਜਿਹੜਾ ਨੇ 6th ਪਾਸ ਕੀ ਉਹ 7th ਪਾਸ ਕੀ 8th ਪਾਸ ਕੀ 9th ਮਾ ਮੈਨੂੰ ਲੱਗਿਆ ਇਸ ਕੇ ਨਾਲ ਵੀ ਬੱਚੇ ਜਿਹੜੇ ਵੀ ਉਸ ਲੈਵਲ ਦੀ ਮਿਹਨਤ ਨਹੀਂ ਕਰਦਾ ਜਿਹੜੀ ਮਿਹਨਤ ਕੀ ਅੱਜ ਜ਼ਰੂਰਤ ਹੈ ਕਿਉਂਕਿ ਅੱਜ ਜਿਹੜਾ ਦੌਰ ਹੈ ਜੋ ਕੰਪੀਟੀਸ਼ਨ ਕੋ ਦੌਰ ਹੈ ਜੋ ਬੜਾ ਬੜਾ ਕੰਪੀਟੀਟਿਵ ਐਗਜ਼ਾਮ ਕਰਨ ਕੋ ਪਾਸ ਕਰਨ ਕੋ ਦੌਰ ਹੈ ਅੱਜ ਦਾ ਜ਼ਮਾਨਾ ਮਾ ਖਾਲੀ ਪਾਸ ਹੋਣੋ ਇਸ ਨਾਟ ਦਾ ਕ੍ਰਾਈਟੇਰੀਆ ਖਾਲੀ ਪਾਸ ਕਰਨ ਨਾਲ ਕੰਮ ਨਹੀਂ ਬਣਦੋ ਮੈਨੂੰ ਲੱਗੇ ਗੁਜਰ ਬੁਕਰਵਾਲ ਹੋਸਟਲ ਮਾ ਬੱਚਿਆਂ ਨਾਲ ਮੁਸਤਕਿਲ ਰਹਿਣ ਵਾਸਤੇ ਇੱਕ ਇੱਕ ਪਰਸੈਂਟੇਜ ਇੱਕ ਮਿਆਰ ਜਿਹੜੀ ਹੈ ਉਹ ਮੁਕਰਰ ਕਰਨੀ ਚਾਹੀਏ ਕਿ ਕੋਈ ਵੀ ਬੱਚੋ ਜਿਸਕਾ ਬਿਲੋ 80% ਜਾਂ 85% ਜਾਂ ਅਗਰ 75% ਹੀ ਰੱਖਾਂ ਬਿਲੋ 75% ਜਿਹੜਾ ਜਿਸ ਬੱਚੇ ਦਾ ਮਾਰਕਸ ਹੋਏਗਾ ਉਸਨਾ ਹਮ ਹੋਸਟਲ ਮਾ ਮੁਸਲਸਲ ਨਹੀਂ ਰੱਖ ਸਕਾਂ ਉਸਕੇ ਨਾਲ ਇਹ ਹੋਵੇਗਾ ਕਿ ਉਸਕੇ ਨਾਲ ਬੱਚਾ ਜਿਹੜੇ ਵੀ ਮਿਹਨਤ ਕਰੇਗਾ ਅੱਛਾ ਤਰੀਕੇ ਨਾਲ ਔਰ ਵੇ ਬੱਚਾ ਕੱਲ ਨਾ ਇਸ ਕੰਪੀਟੀਸ਼ਨ ਕਾ ਦੌਰ ਮਾ ਕਿਤਨੇ ਕਿਤੇ ਸਰਵਾਈਵ ਕਰ ਸਕੇ ਨੰਬਰ 3 ਉਹ ਇਹ ਕਹਿਣਾ ਚਾਹੂੰਗਾ ਕਿ ਗੁਜਰ ਬੁਕਰਵਾਲ ਹੋਸਟਲਾਂ ਮਾ ਬੱਚਿਆਂ ਦੀ ਤਾਲੀਮ ਕੋ ਅਗਰ ਕਿਸੇ ਮਤਲਬ ਕਿਉਂਕਿ ਉਸ ਸਮੇਂ ਜਿਸ ਵਕਤ ਉਹ ਬੱਚਾ ਪੜ੍ਹੇ ਉਸ ਟਾਈਮ ਵੀ ਬੱਚਾ ਹੋਏ ਉਹਨਾਂ ਨਾ ਅੱਛਾ ਔਰ ਬੁਰਾ ਕੀ ਔਰ ਮਤਲਬ ਕੀ ਕਰਨਾ ਹੈ ਆਪਣਾ ਔਰ ਕੀ ਨਹੀਂ ਕਰਨਾ ਇਹ ਚੀਜ਼ਾਂ ਦੀ ਕੋਈ ਖਾਸ ਉਤਨੀ ਵੀ ਤਮੀਜ਼ ਕਰ ਸਕਦਾ ਨਹੀਂ ਐਸਾ ਉਸ ਟਾਈਮ ਅਗਰ ਸਭ ਤੋਂ ਅਹਿਮ ਰੋਲ ਕਿਸੇ ਇਨਸਾਨ ਕੋ ਹੈ ਤਾਂ ਉਹ ਹੈ ਗੁਜਰ ਬੁਕਰਵਾਲ ਹੋਸਟਲ ਕੋ ਵਾਰਡਨ ਔਰ ਅਗਰ ਵਾਰਡਨ ਇੱਕ ਹਮਦਰਦ ਔਰ ਇੱਕ ਅੱਛਾ ਇਨਸਾਨ ਚਲੇ ਜਾਏ ਉਹ ਵਾਰਡਨ ਅਗਰ ਖੁਦ ਡਿਸਪਲਿਨਡ ਹੋਵੇ ਉਹ ਜ਼ਾਹਿਰ ਜੀ ਗੱਲ ਹੈ ਕਿ ਵੇ ਬੱਚਾ ਜਿਹੜਾ ਵੀ ਸਾਰਾ ਉਸੇ ਅਕਾਰਡਿੰਗ ਟੂ ਦੇਰ ਵਾਰਡਨ ਮਤਲਬ ਆਪਣਾ ਵਾਰਡਨ ਦੇ ਮੁਤਾਬਿਕ ਜਿਹੜਾ ਵੀ ਚਲੇਗਾ ਉਹਨਾਂ ਨੂੰ ਉਹ ਚਲਾਉਣ ਵਾਲਾ ਸਿੰਗਲ ਪਰਸਨ ਹੋਵੇ ਉਹਨਾਂ ਕੋ ਵਾਰਡਨ ਸੋ ਜਿਸ ਤਰ੍ਹਾਂ ਹਮ ਕਾਰ ਮਾਰਾਂਗਾ ਤੇ ਕਾਰ ਮਾਂ ਜਿਸ ਤਰ੍ਹਾਂ ਮਾਰਾ ਬੜਾ ਹੋਵੇ ਮਾਹੌਲ ਹੋਵੇਗਾ ਉਸ ਜ਼ਾਹਿਰ ਜੀ ਗੱਲ ਹੈ ਬੱਚਾ ਵੀ ਹੋਏਗਾ ਇਸੇ ਤਰੀਕੇ ਨਾਲ ਅਗਰ 100 ਬੱਚਾ ਕਿਸੇ ਤੋਂ ਮੁਤਾਸਿਰ ਹੈ ਔਰ ਕਿਸੇ ਦਾ ਹੁਕਮ ਪਰ ਚੱਲ ਰਿਹਾ ਹੈ ਤਾਂ ਉਹ ਉਸ ਕੋ ਵਾਰਡਨ ਹੈ ਔਰ ਵਾਰਡਨ ਕੋ ਡਿਸਪਲਿਨਡ ਵਾਰਡਨ ਕੋ ਸਟ੍ਰਿਕਟ ਔਰ ਵਾਰਡਨ ਕੋ ਮਤਲਬ ਇੱਕ ਹਮਦਰਦ ਔਰ ਐਸਾ ਵਾਰਡਨ ਹੋਣਾ ਚਾਹੀਏ ਕਿ ਜਿਹੜਾ ਉਹਨਾਂ ਬੱਚਿਆਂ ਨਾਲ ਅੱਛਾ ਰਾਹ ਪਰ ਲਾ ਸਕੇ ਜਿਹੜਾ ਉਹਨਾਂ ਬੱਚਿਆਂ ਨੇ ਕਿਸੇ ਵੀ ਗਲਤ ਰਸਤਾ ਤੋਂ ਰੋਕ ਕੇ ਅੱਛਾ ਤਾਲੀਮ ਪੜ੍ਹਨ ਪਰ ਔਰ ਇਸ ਮਿਹਨਤ ਕਰਨ ਪਰ ਜਿਹੜਾ ਆਮਾਦਾ ਕਰ ਸਕੇ ਇਹ ਮੇਰੀ ਕੁਝ ਰਾਏ ਥੀ ਜਿਹੜੀ ਕੁਝ ਬਜ਼ੁਰਗ ਸਮਾਂ ਪੜ੍ਹਿਆ ਸੋ ਔਰ ਉਹ ਤੁਮੇ ਲੱਗੇ ਕਿ ਇਹ ਰਾਏ ਥੀ ਇਹਨਾਂ ਪਰ ਅਗਰ ਥੋੜਾ ਬਹੁਤ ਅਮਲ ਕੀ ਹੋ ਜਾਏ ਮੈਨੂੰ ਲੱਗੇ ਇਨ ਹੋਸਟਲਾਂ ਦੇ ਹਾਲਾਤ ਜਿਹੜੀ ਇਹਨਾਂ ਮੈਂ ਕਾਫੀ ਸੁਧਾਰ ਆ ਸਕੇ ਬਾਕੀ ਅੱਛਾ ਅੱਛਾ ਸਪੀਕਰ ਹੈ ਮੈਂ ਬਿਹਤਰ ਸਮਝੋ ਕਿ ਉਹਨੇ ਨਾ ਸੁਣਿਆ ਜਾਏ ਤਾਰਿਕ ਅਬਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ ਜੀ ਬਹੁਤ ਬਹੁਤ ਸ਼ੁਕਰੀਆ ਮਾਰੇ ਨਾਲ ਬਹੁਤ ਹੀ ਮੌਜੂਦ ਸ਼ਖਸੀਅਤ ਦੀਨ ਮੁਹੰਮਦ